ਮੈਂ ਇਹੀ ਕਹੂੰਗਾ ਅੱਜ ਮਹਿਲਾ ਦਿਵਸ ਦੇ ਉੱਤੇ ਕਿ ਜਿਹੜੀ ਔਰਤਾਂ ਨੂੰ ਵਾਕਈ ਅਸਲ ਮਹਿਲਾ ਦੇ ਮਜ਼ਬੂਤ ਬਣਾਉਣ ਦੀ ਲੋੜ ਹੈ, ਉਹਨੂੰ ਆਪ ਵੀ ਬਣਨ ਦੀ ਲੋੜ ਹੈ। ਬਹੁਤ ਮਸਲੇ ਇਹੋ ਜਿਹੇ ਆਉਂਦੇ ਨੇ ਕਿ ਔਰਤ ਹਮੇਸ਼ਾ ਸਮਾਜ ਦੇ ਵਿੱਚ ਔਰਤ ਨੂੰ ਜਿਹੜੀ ਪੈਰ ਦੀ ਜੁੱਤੀ ਸਮਝਿਆ ਜਾਂਦਾ, ਸੋ ਮੈਨੂੰ ਲੱਗਦਾ ਨਹੀਂ ਕਿ ਬਹੁਤਾ ਫਰਕ ਪਿਆ। ਸੋ ਇਹ ਫਰਕ ਪਾਉਣ ਦੀ ਲੋੜ ਆ ਸਾਡੀ, ਜਿਹੜੀ ਕਹਿਣੀ ਤੇ ਕਰਨੀ ਹੈ ਤਾਂ ਹੀ ਮੈਨੂੰ ਲੱਗਦਾ ਕਿ ਔਰਤ ਜਿਹੜੀ ਉਹ ਮਰਦ ਦੇ ਜਾਂ ਬੰਦੇ ਦੇ ਬਰਾਬਰ ਆਏ ਖੜ ਸਕਦੀ। ਟੂਰਨਾਮੈਂਟ ਬਾਰੇ ਮੇਰੀ ਗੱਲ ਕਰੀ, ਟੂਰਨਾਮੈਂਟ ਦੇ ਆਮ ਤੌਰ ਤੇ ਕੀ ਹੁੰਦਾ ਕਿ ਕਬੱਡੀ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ। ਪਲੇਅਰ ਨੇ ਜਿਹੜੇ ਉਹ ਟੀਕੇ ਲਾ ਲਾ ਖੇਡੀ ਜਾਂਦੇ ਨੇ ਜਾਂ ਅੱਜ ਕੱਲ੍ਹ ਚਿੱਟਾ ਵੀ ਖੇਡੀ ਜਾਂਦੇ ਆ। ਸੋ ਸਾਡੀਆਂ ਸਰਕਾਰਾਂ ਨੂੰ ਜਾਂ ਜਿਹੜੀਆਂ ਫੈਡਰੇਸ਼ਨਾਂ ਬਣੀਆਂ ਨੇ ਜਾਂ ਜਿਹੜੇ ਟੂਰਨਾਮੈਂਟ ਬਣਾਉਣ ਵਾਲੀਆਂ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ, ਇਹਨਾਂ ਨੂੰ ਸੋਚਣਾ ਚਾਹੀਦਾ ਕਿ ਨਸ਼ਾ ਜਿਹੜਾ ਕੌਡੀ 'ਚੋਂ ਖਤਮ ਕਰਨਾ ਚਾਹੀਦਾ। ਅਸੀਂ ਦੇਖੋ ਕੌਡੀਆਂ ਕਰਾਉਂਦੇ ਸੀ, ਅੱਗੇ ਘੋਲ ਹੁੰਦੇ ਸੀਗੇ ਕਿ ਜਿਹੜਾ ਨੌਜਵਾਨ ਪੀੜ੍ਹੀ ਆ ਨਸ਼ੇ ਤੋਂ ਰਹਿਤ ਹੋਵੇ, ਮਾੜੀਆਂ ਜਿਹੜੀਆਂ ਆਦਤਾਂ ਨੇ ਉਹ ਤੋਂ ਬਚੇ। ਪਰ ਕੌਡੀ ਦੇ ਵਿੱਚ ਹੀ ਆਪਾਂ ਦੇਖ ਲਓ ਵੀ ਕੌਡੀ ਦੇ ਵਿੱਚ ਹੀ ਜੇ ਇੰਨਾ ਨਸ਼ਾ ਆ ਗਿਆ ਤਾਂ ਮੈਨੂੰ ਲੱਗਦਾ ਨਹੀਂ ਕਿ ਕੌਡੀਆਂ ਜਾਂ ਘੋਲ ਘੋਲੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਤੋਂ ਬਚਾ ਸਕਦੇ। ਸੰਦੇਸ਼ ਤਾਂ ਜਿਹੜਾ ਅੱਜ ਨਸ਼ਾ ਮੈਂ ਕਹਿੰਦਾ ਕਿ ਸਾਡੀ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ, ਉਸੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਸਾਨੂੰ ਕਿਸੇ ਬਚਾਉਣ ਨਹੀਂ ਆਉਣਾ। ਅਸੀਂ ਕੋਈ ਉਮੀਦ ਕਰਾਂਗੇ ਕੋਈ ਸਰਕਾਰਾਂ, ਕੋਈ ਰਾਜਨੀਤਿਕ ਬੰਦੇ, ਕੋਈ ਧਾਰਮਿਕ ਜਾਂ ਸਮਾਜ ਕੋਈ ਰਹਿਬਰ ਸਾਨੂੰ ਬਚਾਉਣ ਆਊਗਾ ਤਾਂ ਭੁਲੇਖਾ ਸਾਡਾ। ਸਾਨੂੰ ਆਪਣੇ ਆਪ ਬਚਣਾ ਪੈਣਾ, ਸਮਝਣਾ ਪੈਣਾ ਕਿ ਸਾਡੀ ਜਵਾਨੀ ਜਿਹੜੀ ਬਰਬਾਦ ਹੋ ਰਹੀ ਹੈ ਨਸ਼ਾ ਕਰਕੇ। ਜਦੋਂ ਚਿੱਟੇ ਦੀ ਗੱਲ ਆਪਾਂ ਕਰਦੇ ਹਾਂ, ਮੈਂ ਪ੍ਰੀਤਮ ਸਿੰਘ ਕੋਟ ਭਾਈ MLA ਸਟੇਜ ਤੇ ਬੈਠਾ ਸੀ, ਪੰਜਾਬ ਕੇ ਵਾਲਾ ਉਹਨਾਂ ਗੱਲ ਕਰ ਰਿਹਾ ਸੀ, ਸਾਡੇ ਪਿੰਡ ਦੇ ਵਿੱਚ ਬਹੁਤ ਚਿੱਟਾ ਵਿਕੀ ਜਾਂਦਾ। ਹੁਣ ਜੇ ਸਰਕਾਰ ਦਾ MLA ਕਹਿ ਰਿਹਾ ਕਿ ਮੇਰੇ ਪਿੰਡ ਦੇ ਵਿੱਚ ਚਿੱਟਾ ਵਿਕੀ ਜਾਂਦਾ, ਤੁਸੀਂ ਆਪ ਹਿਸਾਬ ਲਾ ਲਓ ਹਾਲਾਤ ਬਹੁਤ ਬਦਤਰ ਹੋ ਗਏ ਪੰਜਾਬ ਦੇ। ਨਸ਼ਾ ਮੈਂ ਕਹਿੰਦਾ ਚਿੱਟਾ ਪੰਜਾਬ ਦੇ ਵਿੱਚ 4 ਗੁਣਾ ਵੱਧ ਗਿਆ, ਕਹਿੰਦੇ 4 ਹਫ਼ਤੇ ਖਤਮ ਕਰਾਂਗੇ 4। ਇਹ ਮੇਰਾ ਸੰਦੇਸ਼ ਆ ਨੌਜਵਾਨ ਪੀੜ੍ਹੀ ਨੂੰ ਕਿ ਯਾਰ ਸਾਨੂੰ ਕਿਸੇ ਨੇ ਨਹੀਂ ਬਚਾਉਣਾ, ਸਾਰਿਆਂ ਨੇ ਜਿਹਦੇ ਹੱਥ ਪਾਵਰ ਆ ਗਈ ਉਹਨੇ ਲੁੱਟਣਾ ਪੰਜਾਬ ਨੂੰ, ਬਚਣਾ ਪੰਜਾਬ ਨੇ ਆਪ ਹੈ, ਜਵਾਨੀ ਸੰਭਲ ਕੇ ਪੰਜਾਬ ਬਚ ਜੂ ਪੰਜਾਬ।